ਇਹ ਤਸਵੀਰਾਂ ਨੇ ਡੇਰਾ ਟੇਢਾ ਪੀਰ ਪਿੰਡ ਕਨੈਲ ਦੀਆਂ ਜਿੱਥੇ ਡੇਰੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਗੱਦੀ ਨਿਸ਼ੀਨ ਸਵਾਮੀ ਬਾਮਦੇਵ ਉਰਫ ਪ੍ਰੀਤੀ ਮਹੰਤ ਵੱਲੋਂ ਡੇਰੇ ਉੱਤੇ ਸ਼੍ਰੀ ਬਾਲ ਯੋਗੀ ਸੁੰਦਰ ਮੁਨੀ ਮਹਾਰਾਜ ਜੀ ਦੇ ਯਾਦ ਵਿੱਚ ਨਵੇਂ ਸਾਲ ਉੱਤੇ ਇੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮ ਪ੍ਰੋਗਰਾਮ ਉਲੀਕਣ ਦੇ ਨਾਲ ਨਾਲ ਪ੍ਰੀਤੀ ਮਹੰਤ ਵੱਲੋਂ ਦੇਸ਼ ਤੇ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਇੱਕ ਬੇਨਤੀ ਕੀਤੀ ਗਈ ਹੈ, ਜਿਸ ਬੇਨਤੀ ਵਿੱਚ ਉਹਨਾਂ ਕਿਹਾ ਕਿ ਡੇਰੇ ਬਾਰੇ ਕੁਝ ਲੋਕ ਝੂਠੀਆਂ ਗੱਲਾਂ, ਅਫਵਾਹਾਂ ਅਤੇ ਗੁੰਮਰਾਹ ਕਰਨ ਵਾਲੀਆਂ ਗੱਲਾਂ ਕਰ ਰਹੇ ਨੇ। ਮਹੰਤ ਸਵਾਮੀ ਬਾਮਦੇਵ ਉਫ ਪ੍ਰੀਤੀ ਮਹੰਤ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਅਫਵਾਹ ਜਾਂ ਗੱਲਾਂ ਮਗਰ ਨਾ ਜਾਣ। ਉੱਥੇ ਨਾਲ ਹੀ ਸੰਗਤਾਂ ਵੱਲੋਂ ਸ਼੍ਰੀ ਬਾਲ ਯੋਗੀ ਸੁੰਦਰ ਮੁਨੀ ਮਹਾਰਾਜ ਜੀ ਦੇ ਚੋਲਾ ਛੱਡਣ ਤੋਂ ਬਾਅਦ ਡੇਰੇ ਦੀ ਕਾਰਗੁਜ਼ਾਰੀ ਨੂੰ ਲੈ ਕੇ ਪ੍ਰੀਤੀ ਮਹੰਤ ਦੀਆਂ ਸੇਵਾਵਾਂ ਨੂੰ ਵਧੀਆ ਅਤੇ ਸ਼ਲਾਘਾਯੋਗ ਦੱਸਿਆ ਜਾ ਰਿਹਾ। ਡੇਰੇ ਉੱਤੇ ਹੋਣ ਵਾਲੇ ਪ੍ਰੋਗਰਾਮ ਵਿੱਚ ਕੋਈ ਵਿਘਨ ਨਾ ਪਵੇ, ਇਸ ਲਈ ਸੰਗਤਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਪੁਲਿਸ ਨੇ ਪੂਰਾ ਆਸ਼ਵਾਸਨ ਦਿਵਾਇਆ ਕਿ ਉਹ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣਗੇ। ਪੀਬੀ ਵਰਲਡ ਮੀਡੀਆ, ਸੱਚ ਦਾ ਪਹਿਰੇਦਾਰ। ਬੋਲ ਸੱਚੇ ਦਰਬਾਰ ਕੀ ਜੈ, ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ। ਮੇਰੇ ਮਹਾਰਾਜ ਬੋਰੀ ਵਾਲੀ ਸਰਕਾਰ ਨੇ 51 ਸਾਲ ਮੌਨ ਰੱਖਿਆ। ਉਹਨਾਂ ਨੇ 51 ਸਾਲ ਪਹਿਲੀ ਵਾਰ ਜਦ ਬੋਲੇ, ਉਹਨਾਂ ਨੇ ਇਹੀ ਬੋਲ ਕੇ ਕਿਹਾ ਕਿ ਪ੍ਰੀਤੀ ਮਹੰਤ ਨੂੰ ਗੱਦੀ ਦਿੱਤੀ ਜਾਵੇ। ਮੈਂ ਕਿਸੇ ਦੇ ਕੋਈ ਕਿਉਂ ਕਬਜ਼ਾ ਕੋਈ ਕਰਨਾ, ਮੈਂ ਕਿਸੇ ਦੀ ਕਿਉਂ ਧਮਕੀਆਂ ਦੇਣੀਆਂ। ਮੈਨੂੰ ਇੱਥੇ ਇੰਨੀ ਕੁ ਸੇਵਾ ਬਸ ਮਿਲੀ ਉਹ ਆ, ਉਹੀ ਮੈਂ ਕਰਨ ਜੋਗੀ। ਮੈਨੂੰ ਬੋਰੀ ਵਾਲੇ ਮਹਾਰਾਜ ਵੱਲ ਬਖਸ਼ੇ। ਔਰ ਮੇਰੀ ਅੱਗੇ ਸਭ ਨੂੰ ਇਹੀ ਅਪੀਲ ਵਾ ਕਿ ਬੋਰੀ ਵਾਲੇ ਮਹਾਰਾਜ ਦਾ ਭੰਡਾਰਾ ਨਵੇਂ ਸਾਲ ਦਾ ਜਨਮ ਦਿਨ ਹੁੰਦਾ, ਸਾਰੀ ਸੰਗਤਾਂ ਇੱਥੇ ਇੱਦਾਂ ਹੀ ਆਉਣ ਕਿ ਉਹਨਾਂ ਤੋਂ ਬਾਅਦ ਪਹਿਲੀ ਵਾਰੀ ਇਹ ਭੰਡਾਰਾ ਕਰਾਉਣ ਦਾ ਸਾਨੂੰ ਮਹਾਰਾਜ ਬੋਰੀ ਵਾਲੇ ਵੱਲ ਬਖਸ਼ਣ। ਬਾਕੀ ਸੰਗਤਾਂ ਸਾਰੀਆਂ ਆਣ, ਆਸ਼ੀਰਵਾਦ ਪ੍ਰਾਪਤ ਕਰਨ ਮਹਾਰਾਜ ਦਾ, ਜਿੱਦਾਂ ਅੱਗੇ ਕਰਦੀਆਂ। ਔਰ ਦੇਸੋ ਵਿਦੇਸ਼ ਵਿੱਚ ਸੰਗਤ ਜੋ ਬੈਠੀ ਆ, ਉਹਨਾਂ ਦਾ ਵੀ ਭਲਾ ਕਰੇ। ਉਹ ਵੀ ਆ ਪਹਿਲੀ ਵਾਰ ਨਹੀਂ ਕਰਵਾਇਆ। ਮੈਂ 94 ਤੋਂ ਇੱਥੋਂ ਜੁੜੀਆਂ ਹਾਂ, 94 ਤੋਂ ਜੁੜੀਆਂ ਹਾਂ। 94 ਚ ਅਸੀਂ ਧਰਮ ਜਦੇ ਵੀ ਮਹਾਰਾਜ ਨੇ ਡਿਊਟੀ ਲਾਈ ਹੋ ਆ, ਧਾਰਮਿਕ ਪ੍ਰੋਗਰਾਮ ਇੱਥੇ ਕਰਾਵਾਂਗੇ। ਪਰ ਇਸ ਸਾਲ ਤਾਂ ਵੈਸੇ ਵੀ ਸਾਨੂੰ ਕੋਈ ਖੁਸ਼ੀ ਨਾਲ ਪ੍ਰੋਗਰਾਮ ਨਹੀਂ ਕਰਾ ਰਹੇ, ਸਬਰ ਨਾਲ ਕਰਾਵਾਂਗੇ। ਇਹਨਾਂ ਨੂੰ ਯਕੀਨ ਦਵਾਇਆ ਕਿ ਸਾਰੇ ਸਮਾਗਮ ਜਿਹੜੇ ਆ ਉਹ ਪੀਸਫੁੱਲ ਤਰੀਕੇ ਨਾਲ, ਜਿੱਦਾਂ ਕਿ ਸ਼ਰਧਾ ਭਾਵ ਨਾਲ ਲੋਕ ਆਉਂਦੇ ਆ, ਉਸੇ ਤਰ੍ਹਾਂ ਮਨਾਏ ਜਾਣਗੇ। ਬਸ ਇੰਨਾ ਹੀ ਹੈਗਾ ਜੀ, ਹੋਰ ਤਾਂ ਕੋਈ ਖਾਸ ਇਹਦੇ ਵਿੱਚ ਨਹੀਂ ਗੱਲ ਹੈ। ਅਤੇ ਮੈਂ ਤਾਂ ਇਹੀ ਕਹਿ ਰਿਹਾ ਕਿੱਦਾਂ ਕਿ ਪਹਿਲਾਂ ਬਾਲ ਯੋਗੀ ਸੁੰਦਰ ਮੁਨੀ ਜੀ ਇਹ ਡੇਰੇ ਨੂੰ ਚਲਾਉਂਦੇ ਸੀਗੇ, ਉਸ ਹਿਸਾਬ ਨਾਲ ਜੋ ਬਾਮ ਦੇ ਪ੍ਰੀਤੀ ਮਹੰਤ ਨੂੰ ਗੱਦੀ ਨਸੀਬ, ਅਤੇ ਉਹ ਵੀ ਇਸ ਤਰ੍ਹਾਂ ਡੇਰੇ ਦੀ ਸੇਵਾ ਕਰ ਰਹੇ ਨੇ, ਬਹੁਤ ਹੀ ਵਧੀਆ ਤਰੀਕੇ ਨਾਲ ਡੇਰੇ ਨੂੰ ਚਲਾ ਰਹੇ ਨੇ। ਸਾਰੇ ਜੈ ਮਹਾਰਾਜ ਦੀ। ਸਭ ਤੋਂ ਗੱਲ ਇੱਦਾਂ ਹੈ ਜੀ, ਡੇਰਾ ਦਿੱਤਾ ਹੈਗਾ ਮਹਾਰਾਜ ਪ੍ਰੀਤੀ ਮਹੰਤ ਜੀ ਨੂੰ। ਡੇਰਾ ਅੱਗੇ ਨਾਲ ਤਾਂ ਵੀ ਜ਼ਿਆਦਾ ਚੱਲਦਾ ਹੈ ਨਾ, ਕੋਈ ਇੱਥੇ ਹੈਗੀ ਹੈ ਕੋਈ ਇੱਦਾਂ ਦੀ ਆਰ ਗੈਰ ਗੱਲ ਹੈ। ਸਾਰੀ ਸੰਗਤ ਦਾ ਸੰਯੋਗ ਹੈ ਇਹਨਾਂ ਦੇ ਨਾਲ, ਸਾਰੇ ਪਿੰਡ ਦਾ, ਸਾਰੀ ਪੰਚਾਇਤ ਦੇ ਸਾਹਮਣੇ ਮਹਾਰਾਜ ਨੇ ਇਹਨਾਂ ਨੂੰ ਪ੍ਰੀਤੀ ਮਹੰਤ ਜੀ ਨੂੰ ਕਿਹਾ ਸੀ, ਡੇਰਾ ਇਹਨਾਂ ਨੂੰ ਸੰਭਾਲਿਆ ਸੀ। ਜੇ ਦਿਨ 'ਤੇ ਮਹਾਰਾਜ ਛੱਡ ਕੇ ਗਏ ਨਾ, ਉਸ ਦਿਨ 'ਤੇ ਡੇਰਾ ਵਧਿਆ ਹੀ ਹੈ, ਅੱਗੇ ਨਾਲ ਤਾਂ ਵੀ ਜ਼ਿਆਦਾ ਹੋਇਆ ਵੀ ਇੱਦਾਂ ਦੀ ਕੋਈ ਸਾਡੇ ਡੇਰੇ ਦੇ ਵਿੱਚ ਨਹੀਂ ਸਮੱਸਿਆ। ਸਭ ਨਾਲ ਹੀ ਜਿੱਦਾਂ ਦਾਲ ਫੁਲਕਾ ਸਭ ਕੁਛ ਹੀ ਜਿੱਦਾਂ ਵੀ ਮਹਾਰਾਜ ਚਲਾਉਂਦੇ ਸੀਗੇ ਉਹੀ ਚੱਲਦਾ, ਅੱਗੇ ਨਾਲ ਤਾਂ ਵੀ ਵੱਧ ਪਿਆਰ ਕਰਦੇ। ਸੰਭਾਲਿਆ ਸੀਗਾ ਜੀ ਪ੍ਰੀਤੀ ਮਾਈ ਨੂੰ, ਸੇਵਾ ਵੀ ਕਰਦੇ, ਲੰਗਰ ਵਾਲੇ ਵੀ ਆਉਂਦੇ, ਉਹ ਵੀ ਸੇਵਾ ਕਰਦੇ ਵਧੀਆ। ਮਹਾਰਾਜ ਜੀ ਸਾਡੇ 51 ਸਾਲ ਮਗਰੋਂ ਇਹੀ ਬੋਲ ਕੇ ਗਏ ਸੀ, ਉੱਥੇ ਰਾਜਾ ਹੋਸਪਿਟਲ ਸੀ ਬਿਮਾਰ, ਪਿੰਡ ਦੀ ਪੰਚਾਇਤ ਸੱਦੀ ਹੈ, ਮੈਂ ਪਿੰਡ ਦੀ ਪੰਚ ਨਹੀਂ ਹਾਂ, ਪੰਚਾਇਤ ਮੈਂਬਰ। ਮਹਾਰਾਜ ਜੀ ਨੇ ਇਹ ਕਿਹਾ ਸੀ ਮਹਾਰਾਜ ਜੀ ਦਾ ਪ੍ਰੀਤੀ ਮਹੰਤ ਜੀ ਸੰਭਾਲ ਦੂੰਗੇ, ਅੱਗੇ ਨਾਲੋਂ ਵੀ ਵੱਧ, ਸਾਰੀ ਸੰਗਤ ਦੇ ਸੰਯੋਗ ਨਾਲ ਹੈ, ਅੱਗੇ ਨਾਲੋਂ ਵੀ ਵੱਧ ਇੱਥੇ ਸੰਗਤ ਜੁੜੀ ਹੈ, ਸੇਵਾ ਕਰਦੇ ਹੈ। 22 ਸਾਲ ਹੋ ਗਏ ਪ੍ਰੀਤੀ ਮਾਈ ਨੇ, ਹੁਣ ਆ ਕੇ ਦੇਖ ਲਓ ਡੇਰੇ ਦਾ ਨਕਸ਼ਾ ਬਦਲ ਦਿੱਤਾ ਹੈ। ਮੇਰਾ ਨਾਮ ਸ਼ਾਮ ਕੁਮਾਰ, ਮੈਂ ਪੈਂਚ ਹੈ ਇੱਥੇ ਦਾ। ਅਤੇ ਬਾਬਾ ਜੀ ਦੇ ਪੂਰੇ ਹੋਣ ਤੋਂ ਬਾਅਦ ਵੀ ਇਹ ਡੇਰਾ ਬਾਬਾ ਪ੍ਰੀਤੀ ਮਹੰਤ ਜੀ ਹੁਣੇ ਸੰਭਾਲ ਰਹੇ ਹੈ, ਔਰ ਬਹੁਤ ਚੰਗੀ ਤਰ੍ਹਾਂ ਸੰਭਾਲ ਰਹੇ ਹੈ। ਅਤੇ ਕੰਮ ਵੀ ਬੜੇ ਜ਼ੋਰਾਂ ਸ਼ੋਰਾਂ 'ਤੇ ਚੱਲਦਾ, ਅਤੇ ਡੇਰੇ ਦੀ ਸੇਵਾ ਬੜੇ
बखूबी नवा रहे हो। दस बारह जने बंदे ने सामने महाराज नूं एक बार फिर पूछया, मैं कहा हुण सुन लो भी सारे जने की चक्कर है। उन्होंने फिर एक तीन बारी ना लिया प्रीति प्रीति प्रीति। इस करके जो भी बाबा जी ने डेरे दे विच इन्हां नूं मानता दित्ती है, असीं इन्हां दे नाल हरदम नगर निवासी कला कला बच्चा कला कला साडा नाल खड़ा इन्हां दे।